න අඩිලයි ඇද්දම රු.ි තලමත යාරය තර දි හයිට් ලම්බියන සොත පිලිපෙ ඔපරේ. ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋ ਸਾਰੇ ਵਧੀਆ ਹੋਵੋਗੇ ਕੈਂਟ ਹੋਵਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਟਾਈਮ ਹੋਇਆ ਜੀ 11 ਰਾਤ ਦੇ ਯੈਸ ਤੇ ਜਿਵੇਂ ਆਪਾਂ ਸਭ ਨੇ ਕਮਿਟਮੈਂਟ ਕਰੀ ਸੀ ਹਾਲਾਂਕਿ ਥੋੜੇ ਜਿਲੇ ਲੇਟ ਹੋ ਗਏ ਪਰ ਅਸੀਂ ਸੋਚਿਆ ਕਿ ਯਾਰ ਇੱਕ ਦਿਨ ਹੋਰ ਨਹੀਂ ਕਰਾਸ ਕਰ ਸਕਦੇ ਉਹ ਜੋ ਆਫਿਸ ਤੇ ਲੇਟ ਹੋ ਰਹੇ ਸੀ ਫਿਰ ਅਸੀਂ ਸੋਚਿਆ ਕੋਈ ਗੱਲ ਨਹੀਂ 11 ਵਜੇ ਹੋਇਆ ਸ਼ਕਲਾ ਹੀ ਸੁੱਤੀ ਹੋਈ ਹੈ ਪਰ ਕੋਈ ਗੱਲ ਨਹੀਂ ਕਰਦੇ ਆ ਸਵਾਲਾਂ ਦਾ ਜਵਾਬ ਤਾਂ ਅਸੀਂ ਹੁਣ ਵੀ ਦੇ ਸਕਦੇ ਹਾਂ ਸੋ ਬੇਸਿਕ ਜਿਹੜੇ ਕਾਮਨ ਜਿਹੇ ਸਵਾਲ ਕਰੇ ਹੋਏ ਨੇ ਜਿਉਂ ਉਹ ਤਾਂ ਆਪਾਂ ਪਹਿਲਾਂ ਹੀ ਦੱਸ ਦਿੰਨੇ ਜੀ ਮੇ ਤੇ ਮਨਵੀਰ ਕੋਲ ਨਾਮ ਤੇ ਸ਼ੁਰੂ ਕਰਦੇ ਜੀ ਓਕੇ ਮੇਰਾ ਨਾਮ ਹੈਗਾ ਜੀ ਜਨਪ੍ਰੀਤ ਸਿੰਘ ਤੇ ਮੇਰਾ ਨਾਮ ਹੈ ਜੀ ਪੂਰਾ ਮਨਵੀਤ ਕੌਰ ਜੀ ਤੋਂ ਮੇਰੀ ਏਜ ਹੈਗੀ ਜੀ ਪ੍ਰੈਜ਼ੈਂਟ 30 ਸਾਲ ਤੇ ਮੈਂ ਹੈ ਹੋਣ ਵਾਲੀ ਹੈ ਅਪ੍ਰੈਲ ਵਿੱਚ 29 ইয়ার্স ਦੀ ਆਏ ਦਿਖਾ ਤੁਹਾਨੂੰ ਪਤਾ ਲੱਗ ਗਿਆ ਅਸਲੀ ਉਹ ਮਨਵੀਰ ਕੋਲ ਤੇ ਮੈਂ ਤਾਂ ਹਮੇਸ਼ਾ ਦੱਸਾਂਗੀ ਤੁਹਾਡੀ ਹਾਈਟ ਮੇਰੀ ਹਾਈਟ ਹੈਗੀ ਜੀ 5 11 ਤੇ ਮੇਰੀ ਹੈਗੀ ਜੀ 5 1 ਔਰ ਅਪਰੋਕਸਟਾ 1 ਫੁੱਟ ਦਾ ਫਰਕ ਹੈਗਾ ਜੀ ਅਪਰੋਕਸ ਹਮ ਇਸ ਤੋਂ ਇਲਾਵਾ ਜੀ ਮੈਂ ਫਾਈਨੈਂਸ਼ੀਅਲ ਸੈਕਟਰ ਨੂੰ ਬਿਲੋਂਗ ਕਰਦਾ ਹਾਂ ਤੇ ਮੈਂ ਵੀ ਫਾਈਨੈਂਸ਼ੀਅਲ ਸੈਕਟਰ ਨੂੰ ਬਿਲੋਂਗ ਕਰਦੀ ਹਾਂ ਬਟ ਮੈਂ ਵਰਕ ਕਰਦੀ ਹਾਂ ਜੀ ਐਜ਼ ਅ ਕਸਟਮਰ ਸਰਵਿਸ ਮੈਨੇਜਰ ਬੇਸਿਕਲੀ ਇਹਦਾ ਆਪਰੇਸ਼ਨ ਡਿਪਾਰਟਮੈਂਟ ਆ ਜੀ ਆਪਰੇਸ਼ਨਸ ਵਿੱਚ ਦੇਖਦੀ ਹਾਂ ਮਨਵੀਤ ਹਨਾ ਮੈਂ ਸੇਲਸ ਡਿਪਾਰਟਮੈਂਟ ਨੂੰ ਦੇਖਦਾ ਮੋਸਟ ਕਾਮਨ ਸੀਗੇ ਜੀ ਆਪਾਂ ਨੇ ਇੱਕ ਵਾਰ ਦੇ ਵਿੱਚ ਉਹ ਕਨਵਰਟ ਕਰਤੇ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਐਕਚੁਅਲ ਦੇ ਵਿੱਚ ਜਿਹੜੇ ਸਵਾਲ ਤੁਹਾਡੇ ਪਿਆਰੇ ਪਿਆਰੇ ਸਵਾਲ ਪਹਿਲਾ ਕੁਐਸਚਨ ਹੈ ਜੀ ਰਮਨਦੀਪ ਕੌਰ ਦਾ ਤੇ ਇਹ ਕਹਿੰਦੇ ਕਿ ਡੈਸਟੀਨੀ ਤੇ ਬਲੀਵ ਕਰਨਾ ਚਾਹੀਦਾ ਹੈ ਕਿ ਹਾਰਡ ਵਰਕ ਤੇ ਆਪਣੇ YouTube ਦੇ ਐਕਸਪੀਰੀਅੰਸ ਨਾਲ ਦੱਸੋ ਕਿ ਕਈ ਵਾਰ ਐਦਾਂ ਹੁੰਦਾ ਕਿ ਅਸੀਂ ਪੂਰੀ ਡੈਡੀਕੇਸ਼ਨ ਨਾਲ ਕੰਮ ਕੀਤਾ ਹੁੰਦਾ ਪਰ ਫਿਰ ਵੀ ਰਿਜ਼ਲਟਸ ਨਹੀਂ ਮਿਲਦੇ ਮੈਂ ਨਾ ਤਾਂ ਕਿਤੇ ਸੁਣਿਆ ਸੀ ਐਂ ਮੈਂ ਉਸ ਚੀਜ਼ ਤੇ ਬਹੁਤ ਜ਼ਿਆਦਾ ਬਿਲੀਵ ਕਰਦੀ ਆ ਕਿ ਜਦੋਂ ਤੁਸੀਂ ਮਿਹਨਤ ਕਰੋ ਉਦੋਂ ਮਿਹਨਤ ਐਦਾਂ ਕਰੋ ਕਿ ਉਹ ਕੰਮ ਤੁਹਾਡੇ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ ਮਤਲਬ ਜਦੋਂ ਆਪਾਂ ਐਫਰਟ ਪਾ ਰਹੇ ਹਾਂ ਉਹਦੇ ਤੁਹਾਨੂੰ 100% ਐਦਾਂ ਹੀ ਪਾਉਣਾ ਚਾਹੀਦਾ ਕਿ ਉਹ ਅਸੀਂ ਕਰਨਾ ਹੈ ਕੰਮ ਬਟ ਫਿਰ ਜਦੋਂ ਉਹਦਾ ਰਿਜ਼ਲਟ ਛੱਡਣਾ ਨਾ ਉਹਦੇ ਤੇ ਦੱਸਣਾ ਕਿ ਪਰਮਾਤਮਾ ਤੋਂ ਵੱਧ ਉਹਦਾ ਕੋਈ ਸਹੀ ਰਿਜ਼ਲਟ ਦੇ ਨਹੀਂ ਸਕਦਾ ਸੋ ਐਫਰਟ ਤੇ ਸਾਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਆਈ ਥਿੰਕ ਸਾਡੇ ਰਿਲੀਜੀਅਨ ਵਿੱਚ ਵੀ ਇਦਾਂ ਹੀ ਕਹਿੰਦੇ ਨੇ ਕਿ ਕਿਰਤ ਕਰਨੀ ਸਾਰਾ ਕੁਝ ਕਰਨਾ ਹੈ ਨਾ ਬਟ ਭਾਗ ਲਾ ਨਹੀਂ ਉਹਨੂੰ ਤੁਸੀਂ ਜਿਵੇਂ ਸਾਡੇ YouTube ਦਾ ਕਹਿ ਰਹੇ ਹੋ ਹੈਨਾ ਤਾਂ ਕਿਸੇ ਨੇ ਇਹ ਵੀ ਕੁਐਸਚਨ ਕੀਤਾ ਸੀ ਮੈਂ ਨਾਲ ਨਾਲ ਹੀ ਆਨਸਰ ਕਰੀ ਜਾਊਂਗੀ ਕਿਸੇ ਨੇ ਇਹ ਵੀ ਕਿਹਾ ਸੀ ਕਿ ਤੁਹਾਨੂੰ ਕਦੀ ਫੀਲ ਨਹੀਂ ਹੁੰਦਾ ਕਿ ਤੁਹਾਡੇ ਵਿਊਜ਼ ਘਟਨੇ ਜਾਂ ਤੁਹਾਡੇ ਸਬਸਕ੍ਰਾਈਬਰਸ ਨਹੀਂ ਹੋ ਰਹੇ ਸੱਚੀ ਸੱਚੀ ਦੱਸਿਓ ਸੱਚੀ ਸੱਚੀ ਦੱਸਿਓ ਤਾਂ ਹਾਂ ਜਦੋਂ ਮਿਹਨਤ ਕਰਕੇ ਵੀਡੀਓ ਬਣਾਉਂਦੇ ਆ ਕਈ ਵਾਰ ਜਦੋਂ ਬਹੁਤ ਐਫਰਟ ਲਾਇਆ ਹੁੰਦਾ ਤਾਂ ਇੱਕ ਵਾਰ ਤਾਂ ਲੱਗਦਾ ਕਿਉਂਕਿ ਹਿਊਮਨ ਨੇਚਰ ਹੈ ਬਟ ਦੈਨ ਅਗੇਨ ਆਪਸ਼ਨ ਆਪਣੇ ਕੋਲ ਹੀ ਹੈ ਕਿ ਉਹ ਨਾਲ ਮੈਟਰ ਕਰਨਾ ਉਦੇ ਨਾਲ ਇਫੈਕਟ ਹੋਣਾ ਹੈ ਕਿ ਰੱਬ ਜੀ ਦੇ ਛੱਡ ਦੇਣਾ ਬਟ ਫਿਰ ਇਹੀ ਹੈ ਜਾਂ ਜਿਹਨੇ ਮੈਨੂੰ ਕਿਹਾ ਸੀ ਕਿਸੇ ਨੇ ਕਿਸੇ ਨੇ ਨਾ ਉਸੇ ਕਮੈਂਟ ਦੇ نیچے ਵੀ ਕਮੈਂਟ ਕਰਿਆ ਵਸੀ ਆਪਣੇ ਵੱਲੋਂ ਉਹਨਾਂ ਨੇ ਟਿੱਪਣੀ ਦਿੱਤੀ ਉਹ ਕਹਿੰਦੇ ਜੀ ਕਿ ਤੁਹਾਡੇ ਵਿਊਜ਼ ਇਸ ਲਈ ਨਹੀਂ ਆਉਂਦੇ ਹੈਗੇ ਕਿ ਤੁਹਾਡੇ ਬਲੌਗ ਆ ਜਿਹੜੇ ਉਹ ਐਂਟਰਟੇਨਿੰਗ ਨਹੀਂ ਹੁੰਦੇ ਹੈਗੇ ਪਰ ਠੀਕ ਹੈ ਹੋ ਸਕਦਾ ਐਦਾਂ ਨਾ ਹੋਣ ਪਰ ਥਿਸ ਇਜ਼ ਅ ਰਿਐਲਿਟੀ ਜਿਵੇਂ ਦੀ ਅਸੀਂ ਹੈਗੇ ਹਾਂ ਅ ਮਤਲਬ ਨਾ ਅਕਸਰ ਵੀ ਜਿਵੇਂ ਵੀ ਲਾ ਸਕਦੇ ਕਿ ਅਸੀਂ ਸ਼ਾਇਦ ਇੰਨੇ ਐਂਟਰਟੇਨਿੰਗ ਹਾਂ ਵੀ ਨਹੀਂ ਮੇ ਬੀ ਹੋ ਸਕਦੇ ਹਾਂ ਹਾਂ ਸੋ ਜਦੋਂ ਅਸੀਂ ਵੀਡੀਓ ਪਾ ਰਹੇ ਹਾਂ ਜੀ ਉਹ ਸਾਡਾ ਬੈਸਟ ਐਫਰਟ ਹੈ ਕਿ ਅਸੀਂ ਵੀਡੀਓ ਪਾ ਨਹੀਂ ਹੈ ਹੈਨਾ ਅੱਗੇ ਰੱਬ ਜੀ ਦੇ ਹੱਥ ਹੈ ਹੁਣ ਰੱਬ ਜੀ ਦੇ ਰੂਪ ਵਿੱਚ ਬੈਠੇ ਹੋਏ ਨੇ ਸਰੋਤੇ ਆਡੀਅੰਸ ਜੋ ਤੁਸੀਂ ਸਾਰੇ ਹੋ ਹੈਨਾ ਤੁਹਾਨੂੰ ਪਸੰਦ ਆਏਗਾ ਤੁਸੀਂ ਦੇਖੋਗੇ ਅਗੇ ਰਿਕਮੈਂਡ ਕਰੋਗੇ ਤੁਹਾਨੂੰ ਨਹੀਂ ਪਸੰਦ ਆਏਗਾ ਤੁਸੀਂ ਨਹੀਂ ਕਰੋਗੇ ਸੋ ਉਹ ਰਿਜ਼ਲਟ ਨਾਲ ਅਗਰ ਅਸੀਂ ਹੰਪਰੁੰਦੇ ਰਹੀਏ ਫਿਰ ਅਸੀਂ ਇਹਨੀਆਂ ਸਮਾਈਲ ਚ ਲੈ ਕੇ ਤੁਹਾਡੇ ਕੋਲ ਨਹੀਂ ਆ ਪਾਵਾਂਗੇ ਸਾਡੀ ਫਰਸਟ੍ਰੇਸ਼ਨ ਹੋ ਜਾਏਗੀ ਔਰ ਬੇਸਿਕਲੀ ਜਿਵੇਂ ਇਹਨਾਂ ਨੇ ਕਿਹਾ ਕਿ ਉਹ ਰਿਜ਼ਲਟ ਤੇ ਡੈਸਟੀਨੀ ਦੀ ਗੱਲ ਦੇਖੋ ਜੀ ਸਾਡਾ ਕੰਮ ਹੈ ਜਿਗਾ ਜੋ ਸਾਡੀ ਰਿਸਪੌਂਸਿਬਿਲਟੀ ਜਨੇ ਅਸੀਂ ਉਹਨਾਂ ਤੇ ਖਰੇ ਉਤਰੀਏ ਅਸੀਂ ਉਹ ਕੰਮ ਪੂਰਾ ਕਰੀਏ ਰਿਜ਼ਲਟ ਦੀ ਚਿੰਤਾ ਕਰਨ ਵਾਲਾ ਪਰਮਾਤਮਾ ਹੈਗਾ ਜੀ ਉਹਨੇ ਆਪੇ ਤੁਹਾਡੇ ਹੱਕ ਚ ਪਾ ਦੇਣਾ ਹਾਂ ਜਿਹੜੀ ਗੱਲ ਤੁਸੀਂ ਕਹੇ ਕਿ ਕਈ ਵਾਰ ਸਾਡੇ ਹੱਕ ਚ ਨਹੀਂ ਹੁੰਦਾ ਯਾਦ ਰੱਖਿਓ ਮੇਰੀ ਗੱਲ ਜੋ ਤੁਹਾਡੇ ਹੱਕ ਚ ਨਹੀਂ ਇਹਦੇ ਮੀਨਸ ਉਹ ਤੁਹਾਡੇ ਲਈ ਸਹੀ ਨਹੀਂ ਹੈਗਾ ਹਮਮ ਔਰ ਜੋ ਤੁਹਾਨੂੰ ਮਿਲੂਗਾ ਉਹ ਹੀ ਤੁਹਾਡੇ ਲਈ ਸਹੀ ਹੋਊਗਾ ਮਤਲਬ ਜੋ ਤੁਹਾਨੂੰ ਮਿਲਿਆ ਨਾ ਉਸ ਪ੍ਰੋਡਕਟ ਦਾ ਜੋ ਵੀ ਮਿਹਨਤ ਕੀਤੀ ਕਈ ਵਾਰ ਆਪਾਂ ਸੋਧੇਗਾ ਅਸੀਂ ਤਾਂ ਬਹੁਤ ਮਿਹਨਤ ਕੀਤੀ ਸੀ ਇਹ ਵੀ ਤਾਂ ਹੋ ਸਕਦਾ ਹੈ ਕਿ ਸਾਡੇ ਤੋਂ ਹੋਰ ਮਿਹਨਤ ਐਕਸਪੈਕਟਿਡ ਸੀ ਫਸਟ ਇਸ ਸਕੇਂਡ ਨੇ ਵੀ ਹੋ ਸਕਦਾ ਕਿ ਜੋ ਸਾਨੂੰ ਰਿਜ਼ਲਟ ਮਿਲੇ ਉਹ ਸਾਨੂੰ ਲੱਗ ਰਿਹਾ ਸਾਡੇ ਅੰਦਰ ਵੀ ਬੰਦੇ ਦੀ ਲਰਨਿੰਗ ਆਲਸੋ ਬੱਚੇ ਜਦੋਂ ਵੀ ਇਦਾਂ ਦੀ ਚੀਜ਼ ਹੁੰਦੀ ਹੈ ਕਦੇ ਵੀ ਦੇਖਿਓ ਜਦੋਂ ਵੀ ਸਾਡੇ ਟਾਈਮ ਦੇ ਵਿੱਚ ਅਸੀਂ ਲੰਘ ਰਹੇ ਹੁੰਨੇ ਆ ਨਾ ਇਦਾਂ ਦਾ ਜਿਹੜਾ ਐਂਡ ਰਿਜ਼ਲਟ ਸਾਡੇ ਹੱਕ 'ਚ ਨਹੀਂ ਹੁੰਦਾ ਲੇਕਿਨ ਅਸੀਂ ਬਹੁਤ ਕੁਝ ਸਿੱਖ ਚੁੱਕੇ ਹੁੰਨੇ ਆ ਤਾਂ ਕਿ ਅਗਲੀ ਵਾਰ ਸੇਮ ਸਿਚੁਏਸ਼ਨ ਹੋਏਗੀ ਰਿਜ਼ਲਟ ਡਿਫਰੈਂਟ ਹੋਏਗਾ ਹੁਣ ਜੇ ਮੈਂ ਸੀਏ ਨਹੀਂ ਬਣੀ ਤਾਂ ਮੈਂ ਇਹ ਵੀ ਕਹਿ ਸਕਦੀ ਆ ਕਿ ਉਹ ਫੇਲਿਅਰ ਹੈ ਬਟ ਮੈਂ ਆਪੀਪੀਵੀ ਵਿੱਚ ਕੁਝ ਹੋਰ ਬਣ ਗਈ ਤਾਂ ਉਹ ਮੇਰੇ ਲਈ ਸਕਸੈਸ ਹੈ ਜਿਵੇਂ ਮੈਂ ਕਰੈਕਟਰ ਬਣਨਾ ਚਾਹੁੰਦਾ ਸੀਗਾ ਜੀ ਤਾਂ ਮੈਨੂੰ ਲੱਗਦਾ ਕਿ ਯਾਰ ਮੈਂ ਜੇ ਹੁੰਦਾ ਤਾਂ ਕੀ ਹੁੰਦਾ ਬਟ ਇਸ ਟਾਈਮ ਦੇਖੋ ਜੇ ਮੈਂ ਕਰੈਕਟਰ ਹੁੰਦਾ ਤਾਂ ਛਾ ਛੋੜਨ ਗੱਲ ਹੀ ਨਾ ਕਰਦਾ ਐਗਜੈਕਟਲੀ ਸਰ ਹਰ ਚੀਜ਼ ਵਿੱਚ ਆਪਣੇ ਪੋਜ਼ਿਟਿਵਸ ਨੇ ਆਪਣੇ ਨੈਗੇਟਿਵਸ ਨੇ ਡਸ ਓਵਰ ਕੇਅਰ ਜਿਹੜੀ ਓਵਰ ਕੇਅਰ ਹੈ ਕਿ ਉਹ ਕਪਲਸ ਆਸਤੇ ਬੈਡ ਹੈ ਉਹਨਾਂ ਨੇ ਇਦਾਂ ਲਿਖਿਆ ਹੋਇਆ ਹੈ ਆਲਸੋ ਸਮ ਟਾਈਮਸ ਪਾਰਟਨਰਸ ਇਗਨੋਰਸ ਯੂ ਵਿਦਾਊਟ ਨੋਇੰਗ ਮਿਸਟੇਕਸ ਡੱਸ ਦਿਸ ਇਫੈਕਟ ਟੂ ਰਿਲੇਸ਼ਨਸ਼ਿਪ ਦੋ ਕੁਐਸਚਨਸ ਨੇ ਕਿ ਓਵਰਕੇਅਰ ਬੈਡ ਹੁੰਦੀ ਹੈ ਰਿਲੇਸ਼ਨਸ਼ਿਪ ਵਿੱਚ ਐਂਡ ਸੈਕੰਡ ਹੈ ਕਿ ਕੀ ਅਗਰ ਤੁਹਾਡਾ ਪਾਰਟਨਰ ਹੀ ਗਰਨੋਰ ਕਰੇ ਹੂੰ ਬਿਨਾ ਗਲਤੀ ਪਤਾ ਹੋਣ ਦੇ ਤਾਂ ਕੀ ਉਹ ਅਫੈਕਟ ਕਰਦੀ ਹੈ ਰਿਲੇਸ਼ਨਸ਼ਿਪ ਵਿੱਚ ਸੋ ਆਈ ਥਿੰਕ ਫਰਸਟ ਜਿਹੜਾ ਹੈਗਾ ਕਿ ਓਵਰਕੇਅਰ ਹਾਂਜੀ ਕਦੀ ਕਦੀ ਓਵਰਕੇਅਰ ਇਜ਼ ਆਲਸੋ ਬੈਡ ਬੋਰਿੰਗ ਪਾਰਟ ਬੀ ਪਲੇ ਹੋ ਜਾਂਦਾ ਹੈ ਅਗਰ ਤੁਸੀਂ ਇੱਕੋ ਟਰੈਕ ਤੇ ਚੱਲੀ ਜਾ ਰਹੇ ਹੋ ਜਸਟ ਫੋਰ ਕੇਅਰ 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 ਸਾਹਮਣੇ ਵਾਲਾ ਬੰਦਾ ਥੱਕ ਜਾਏਗਾ ਦਿਸ ਇਜ਼ ਅ ਰਿਐਲਿਟੀ ਔਰ ਇਹ ਪੁਆਇੰਟ ਵੈਲਿਡ ਆ ਬਿਲਕੁਲ ਜਿਹਨੇ ਵੀ ਪੁੱਛਿਆ ਕਿਉਂਕਿ ਸ਼ਾਇਦ ਉਹਨਾਂ ਨੇ ਇਦਾਂ ਫੀਲ ਕੀਤਾ ਹੋਵੇਗਾ ਰਾਈਟ ਗਰਲ ਹੋਵੇ ਚਾਹੇ ਮੁੰਡਾ ਹੋਵੇ ਜਾਂ ਕੁੜੀ ਹੋਵੇ ਜੀ ਉਹ ਐਟ ધ ਐਂਡ ਬੋਰ ਫੀਲ ਕਰਨਾ ਕਿਉਂਕਿ ਟਵਿਸਟ ਚਾਹੀਦਾ ਯਾਰ ਲਾਈਫ ਦੇ ਇਰ ਇਜ਼ ਸਮਥਿੰਗ ਇਟ ਵਰੀਏਸ਼ਨ ਹੋਵੇ ਕਿ ਕੇਰਿੰਗ ਨਾ ਮੋਸਟਲੀ ਇਦਾਂ ਹੁੰਦਾ ਕਿ ਵੱਡਾ ਬੰਦਾ ਛੋਟੇ ਬੰਦੇ ਦੀ ਕਰਦਾ ਜੋ ਕੇਰਿੰਗ ਦਾ ਆਪਾਂ ਮੰਦੇ ਆ ਮਤਲਬ ਕਿ ਸਾਡੇ ਪੈਰੈਂਟ ਸਾਡੀ ਕੇਅਰ ਕਰਦੇ ਨੇ ਸਾਡੇ ਵੱਡੇ ਭੈਣ ਭਰਾ ਸਾਡੀ ਕੇਅਰ ਕਰਦੇ ਨੇ ਹਨਾ ਬਟ ਵੈਨ ਵੀ ਆਰ ਇਨ ਅ ਰਿਲੇਸ਼ਨਸ਼ਿਪ ਨਾ ਸਾਨੂੰ ਇਕੁਐਲਿਟੀ ਚਾਹੀਦੀ ਹੁੰਦੀ ਹੈ ਸਾਨੂੰ ਚਾਹੀਦਾ ਹੁੰਦਾ ਇੱਕ ਸਪੇਸ ਜਿੱਥੇ ਆਪਾਂ ਬੋਲ ਸਕੀਏ ਹਨਾ ਜਿੱਥੇ ਆਪਾਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕੀਏ ਬਟ ਉੱਥੇ ਜੇ ਤੁਹਾਨੂੰ ਕੋਈ ਪਾਰਟਨਰ ਕਹੇਗਾ ਆ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਹੁਣ ਆਫ ਕੌਰਸ ਉਹਦਾ ਲਵ ਹੈ ਉਹਦਾ ਲਵ ਹੈ ਉਹਦੀ ਰਿਸਪੈਕਟ ਹੈ ਉਹ ਚਾਹੁੰਦਾ ਕਿ ਤੁਹਾਨੂੰ ਬਚਾ ਕੇ ਪ੍ਰੋਟੈਕਟ ਕਰਕੇ ਕੇਅਰ ਕਰਕੇ ਰੱਖਿਆ ਜਾਵੇ ਬਟ ਦੂਜੇ ਬੰਦੇ ਆਸਤੇ ਕਈ ਵਾਰ ਪ੍ਰੋਬਲਮੈਟਿਕ ਹੋ ਜਾਂਦੇ ਜਿਵੇਂ ਸੇਮਿੰਗ ਮੈਂ ਤੁਹਾਨੂੰ ਇਦਾਂ ਦੱਸ ਸਕਦਾ ਜਿਵੇਂ ਮਨਵੀਰ ਬਾਈ ਚਾਂਸ ਜਿਵੇਂ ਇਦਾਂ ਹੁੰਦਾ ਕਿ ਮੈਂ ਮਨਵੀਰ ਦੀ ਕੇਅਰ ਕਰਦਾ ਆ ਆਲਵੇਜ਼ ਇਹਨੂੰ ਅੱਛਾ ਲੱਗਦਾ ਬਟ ਸਮ ਟਾਈਮ ਮੈਂ ਉਹੀ ਕੁਛ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਸਮ ਟਾਈਮ ਜਦੋਂ ਇਹਨੂੰ ਲੱਗਦਾ ਨਾ ਕਿ ਇਹ ਮੇਰੇ ਪਾਪਾ ਕਿਉਂ ਮੰਨ ਰਹੇ ਨੇ ਉਕੀ ਪਾਪਾ ਆਲਵੇਸ ਕਹਿੰਦੇ ਨੇ ਬੱਚੇ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਹੈਗਾ ਸੋ ਹੀ ਸ਼ੀ ਸਟਾਪਸ ਮੀ ਕਿ ਜਨਪੀ ਸਿੰਘ ਜੀ ਤੁਸੀਂ ਰੁਕ ਜਾਓ ਤੁਸੀਂ ਮੇਰੇ ਪਾਪਾ ਨਾ ਬਣੋ ਹਾਂ ਮੈਂ ਕਹਿੰਦੀ ਹਾਂ ਜਾਨੀ ਤੁਸੀਂ ਜਾਨੀ ਬਣ ਕੇ ਰੋ ਮੇਰੇ ਕੋਲ ਮੇਰਾ ਪਾਪਾ ਹੈਗੇ ਨੇ ਤੇ ਮੈਨੂੰ ਵੀ ਪਤਾ ਹੈ ਕਿਉਂਕਿ ਸਮਝਦਾ ਲੱਗਦਾ ਯਾਰ ਤੁਹਾਡੇ ਨਾਲ ਤਾਂ ਮੈਂ ਕਰ ਸਕਦੀ ਹਾਂ ਨਾ ਮੈਨੂੰ ਇਹ ਨ ਸਿਖਾਓ ਸੋ ਆਈ ਥਿੰਕ ਆ ਬੈਲੈਂਸ ਸਾਨੂੰ ਆਪਣੇ ਆਪ ਹੀ ਦੇਖਣਾ ਪਏਗਾ ਕੇਰਿੰਗ ਅੱਛੀ ਵੀ ਬਹੁਤ ਲੱਗਦੀ ਹੈ ਦੂਜਾ ਕੀ ਸਿੱਖ ਲਈ ਬਟ ਐਕਸੈਸ ਆਫ ఎవਰੀਥਿੰਗ ਇਜ਼ ਬੈਡ Uh, दूजा पार्टनर तो इग्नोर करना चाहिए आई थिंक जिथे प्यार इगनोरेंस तो, तो बिल्कुल नहीं होनी चाहती तो इग्नोर करना सही है इग्नोर करके प्रॉब्लम अवॉयड हो सकती ਪੈਰੈਂਟਸ ਹੋਣ ਦਾ ਦਿਸੰਸ ਜਦੋਂ ਇਗਨੋਰੈਂਸ ਆ ਜਾਂਦੀ ਹੈ ਨਾ ਉਦੋਂ ਫਿਰ ਨਾ ਬੰਦੇ ਦੀ ਵੈਲਿਊ ਕੱਟਣੀ ਸ਼ੁਰੂ ਹੋ ਜਾਂਦੀ ਹੈ ਟੈਂਪਰੇਰੀ ਥੋੜੀ ਪ੍ਰੋਬਲਮ ਇਗਨੋਰ ਹੋ ਜੇਗੀ ਕੁਐਸਚਨ ਹੈ ਜੀ ਮੁਸਕਾਨ ਦਾ ਮੀਤਪ੍ਰੀਤ ਜੀ ਤੁਸੀਂ ਹਰ ਗੱਲ ਤੇਨੇ ਪੋਜ਼ਿਟਿਵ ਕਿਵੇਂ ਰਹਿੰਦੇ ਹੋ ਤੁਸੀਂ ਸ਼ੁਰੂ ਤੋਂ ਹੀ ਇਦਾਂ ਸੀ ਪੋਜ਼ਿਟਿਵ ਜਾਂ ਫਿਰ ਕੋਈ ਚੇਂਜ ਆਇਆ ਹੈ ਤੇ ਮੈਂ ਚਾਹੁੰਦੀ ਹਾਂ ਤੁਸੀਂ ਮੇਰਾ ਨਾਮ ਲੈ ਕੇ ਆਨਸਰ ਕਰੋ ਸੋ ਮੁਸਕਾਨ ਮੈਨੂੰ ਪਤਾ ਹੈ ਤੁਹਾਡਾ ਕੁਐਸਚਨ ਹੈ ਓਕੇ ਮੁਸਕਾਨ ਜੀ ਤੁਹਾਡੇ ਸਵਾਲ ਦਾ ਜਵਾਬ ਜਦੋਂ ਤੋਂ ਮੈਨੂੰ ਮਿਲੇ ਨੇ ਜੀ ਇਹ ਪੋਜ਼ਿਟਿਵਤਾ ਸੀਗੀ 노 ਡਾਊਟ ਲੇਕਿਨ ਕਿਤਨਾ ਕਿਤੇ ਸ਼ਾਇਨੈਸ ਬਹੁਤ ਹੁੰਦੀ ਸੀਗੀ ਮਨਵੀਤ ਦੇ ਵਿੱਚ ਬਟ ਹਾਂ ਜਦੋਂ ਮੇਰੇ ਰਿਲੇਟਡ ਕੋਈ ਗੱਲ ਹੁੰਦੀ ਸੀ ਤਾਂ ਇਹਨੇ ਹਮੇਸ਼ਾ ਮੈਨੂੰ ਉੱਪਰ ਚੱਕਣਾ ਲੇਕਿਨ ਜਦੋਂ ਖੁਦ ਦੇ ਰਿਲੇਟਡ ਕੋਈ ਗੱਲ ਹੁੰਦੀ ਸੀਗੀ ਦੈਨ ਮੈਨੂੰ ਲੋਡ ਪੈਂਦੀ ਸੀ ਇਹਨੂੰ ਉੱਪਰ ਚੱਕਣ ਲਈ ਤੇ ਤੁਸੀਂ ਤੁਸੀਂ ਸ਼ੁਰੂ ਤੋਂ ਪੋਜ਼ਿਟਿਵ ਹੁੰਦੇ ਸੀ ਪਰ ਮੈਂ ਮੈਂ ਤਾਂ ਤੂੰ ਵੀ ਫ੍ਰੈਂਕਲੀ ਸਪੀਕਿੰਗ ਜੀ 2020 ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ 네ਗੇਟਿਵ ਪਰਸਨ ਸੀਗਾ ਜਿਵੇਂ ਤੂੰ ਸੱਚ ਪੁੱਛੋ ਤੁਸੀਂ ਜੋ ਤੁਸੀਂ ਮੈਨੂੰ ਅੱਜ ਦੇਖਦੇ ਹੋ ਇਹ ਤਾਂ ਬੜਾ ਡਿਫਰੈਂਟ ਪਰਸਨੈਲਿਟੀ ਹੈ ਮੈਂ ਬਹੁਤ 네ਗੇਟਿਵ ਹੁੰਦਾ ਸੀਗਾ ਸੀਰੀਅਸਲੀ 2019 ਤੁਸੀਂ ਮਤਲਬ ਉਹ ਪੁੱਛਣਾ ਚਾਹ ਰਹੇ ਕਿ ਫਿਰ ਪੋਜ਼ਿਟਿਵ ਕਿਵੇਂ ਹੋਏ ਮੇਰੀ ਲਾਈਫ ਦੇ ਵਿੱਚ ਟਰਨਿੰਗ ਪੁਆਇੰਟ ਜੀ ਮੈਨੂੰ ਪਰਮਾਤਮਾ ਦੀ ਓਟ ਲੱਗਦੀ ਹੈ ਜੀ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਪਹਿਲਾਂ ਪਰਮਾਤਮਾ ਤੋਂ ਦੂਰ ਸੀਗਾ ਦਾ ਮੂਮੈਂਟ ਮੈਂ ਪਰਮਾਤਮਾ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਜਦੋਂ ਉਹਨਾਂ ਨੇ ਮੈਨੂੰ ਆਪਣੀ ਛੱਤਰ ਛਾਇਆ ਦੇ ਵਿੱਚ ਰੱਖਿਆ ਹਾਲਾਤ ਜੋ ਕੌਨਫੀਡੈਂਸ ਹੈ ਜਾਂ ਬੋਲ ਬਲਈਆ ਸਭ ਕੁਝ ਬਦਲ ਗਿਆ ਉਸ ਤੋਂ ਬਾਅਦ ਜਿਵੇਂ ਮੈਂ ਕਹਿੰਦਾ ਉਹਨਾਂ ਕਿ ਜੋ ਵੀ ਮੇਰੀ ਲਾਈਫ ਚ ਹੋ ਰਿਹਾ ਪ੍ਰਮਾਤਮਾ ਕਰਕੇ ਉਸ ਤੋਂ ਬਾਅਦ ਮਨਵੀਤ ਦੀ ਐਂਟਰੀ ਹੋ ਗਈ ਜੀ ਲਾਈਫ ਦੇ ਵਿੱਚ ਹੈ ਨਾ ਚੀਜ਼ਾਂ ਦੇ ਵਿੱਚ ਲੈ ਕੇ ਤਾਂ ਇੱਕ ਪੋਜ਼ਿਟਿਵ ਔਰਾ ਕਿਉਂਕਿ ਇਹ ਖੁਦ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਜੀ ਹਨਾ ਤਾਂ ਉਹ ਹੋਰ ਐਡ ਹੋ ਗਿਆ ਮੇਰੀ ਲਾਈਫ ਦੇ ਵਿੱਚ ਮੈਂ ਇਹ ਮਤਲਬ 100 10% ਹੈ ਕਿ ਮੇਰੀ ਲਾਈਫ ਚ ਜੋ ਵੀ ਕਰਤਾ ਕਰਤਾ ਹੋ ਰਿਹਾ ਜੀ ਉਹ ਸਾਰਾ ਪਰਮਾਤਮਾ ਕਰਕੇ ਹੋ ਰਿਹਾ ਤੇ ਪਰਮਾਤਮਾ ਦੇ ਭੇਜੇ ਹੋਏ ਸਾਡੇ স্মੋਲ ਬੀਬੀ ਕਰਕੇ ਹੋ ਰਿਹਾ ਤੇ ਮੇਰੇ ਅੱਜ ਇਦਾਂ ਸੀਗਾ ਇਹਨਾਂ ਦਾ ਕਹਿਣਾ ਬਿਲਕੁਲ ਸੀ ਮੈਂ ਸਾਰੀ ਦੁਨੀਆ ਲਈ ਪੋਜ਼ਿਟਿਵ ਸ਼ੁਰੂ ਤੋਂ ਹੀ ਸੀਗੀ ਪਰ ਮੈਂ ਆਪਣੇ ਲਈ ਪੋਜ਼ਿਟਿਵ ਨਹੀਂ ਸੀ ਉਹਦੇ ਲਈ ਸ਼ਾਇਦ ਮੈਂ ਆਪਣੇ ਆਪ ਨੂੰ ਬਹੁਤ ਡਾਊਟ ਕਰਦੀ ਸੀ ਸੋ ਵਾਂਸ ਹੀ ਕੇਮ ਇਨ ਤਮੇ ਆਪਣੇ ਆਪ ਲਈ ਵੀ ਪੋਜ਼ਿਟਿਵ ਹੋਣਾ ਸ਼ੁਰੂ ਹੋ ਗਏ ਕਿ ਠੀਕ ਹੈ ਯਾਰ ਜੇ ਤਾਂ ਸਾਰੇ ਤੇਨਾਂ ਪਰ ਉਹ ਸਹਰ ਰੱਖ ਸਕਦੀਆਂ ਆਪਣੇ ਹੱਥੇ ਵੀ ਥੋੜਾ ਰੱਖ ਕੇ ਦੇ ਸਾਡੇ 'ਚ ਥੋੜਾ ਜਿਹਾ ਇੱਕ ਚੀਜ਼ ਇਹ ਵੀ ਹੈਗੀ ਹੈ ਜੀ ਦੇਖੋ ਸਾਡਾ ਸਰਕਲ ਨਹੀਂ ਹੈਗਾ ਇੱਕ ਤੋਂ ਰਿਐਲਿਟੀ ਦਸੀਏ ਨਾ ਇਸ ਇਹਦਾ ਮਨਵੀਤ ਦਾ ਸਰਕਲ ਹੈ ਜੀ ਨਾ ਮੇਰਾ ਸਰਕਲ ਆ ਹਾਂ ਬਟ ਜੋ ਵੀ ਸਾਡਾ ਟਾਈਮ ਹੈਗਾ ਸਾਡੇ ਇੱਕ ਦੂਜੇ ਲਈ ਆ ਸਾਡੀ ਇਹ ਖੁਦ ਦੀ ਪ੍ਰੈਫਰੈਂਸ ਆ ਅਸੀਂ ਨਹੀਂ ਕਹਿੰਦੇ ਜੀ ਕਿ ਸਹੀ ਆ ਕਿ ਗਲਤ ਆ ਹਰ ਬੰਦੇ ਦੀ ਇੰਡੀਵਿਜੂਐਲਿਟੀ ਹੁੰਦੀ ਆ ਅਸੀਂ ਇਦਾਂ ਦੇ ਹੈਗੇ ਆ ਜੀ ਸਾਨੂੰ ਇੱਕ ਦੂਜੇ ਨਾਲੇ ਪਸੰਦ ਆ ਤਾਂ ਅਸੀਂ ਇੱਕ ਦੂਜੇ ਨਾਲੇ ਚੰਗਾ ਲੱਗਦਾ ਸਨ ਨੈਕਸਟ ਕੁਐਸਚਨ ਹੈ ਜੀ ਨਵਨੀਤ ਕਰਨੇ ਪੁੱਛੇ ਜੀ ਨੈਕਸਟ ਹਾਊ ਟੂ ਮੋਟੀਵੇਟ ਆਰਸੈਲਸ ਐਂਡ ਹਾਊ ਟੂ ਬਿਕਮ ਮੋਰ ਐਂਡ ਮੋਰ ਪੋਜ਼ਿਟਿਵ ਹਾਊ ਟੂ ਅਵੋਇਡ ਓਵਰਥਿੰਕ ਪੋਜ਼ਿਟਿਵ ਆਈ ਥਿੰਕ ਆਪਾਂ ਅਨਸਰ ਕਰਤਾ ਹੈ ਮੋਟੀਵੇਟ ਆਰਸੈਲਸ ਨਾ ਮੈਨੂੰ ਇਦਾਂ ਲੱਗਦਾ ਕਿ ਦੇਖੋ ਜਿਹੜਾ ਦੂਜਾ ਹੁੰਦਾ ਨਾ ਐਕਸਟਰਨਲ ਜਿਵੇਂ ਅਸੀਂ ਤੁਹਾਨੂੰ ਕਹਤਾ ਕਿ ਸ਼ਾਵਰਸ ਤੁਸੀਂ ਇਹ ਕਰ ਸਕਦੇ ਹੋ ਜਾਂ ਤੁਸੀਂ ਸਰਟ ਇਮਪ੍ਰੈਸ ਹੋ ਗਏ ਤੁਸੀਂ ਮੋਟੀਵੇਟ ਹੋ ਗਏ ਉਹ ਟੈਂਪਰੇਰੀ ਹੁੰਦਾ ਜਿਹੜਾ ਇੰਟਰਨਲੀ ਹੁੰਦਾ اپنی লাইফ وچ دیکھو سٹارٹنگ ہر کس نو کلیرٹی نہیں اندی شاید ਤੁਸੀਂ ਮੈਨੂੰ ਹਜੇ ਵੀ ਪੁੱਛੋਗੇ ਕਿ ਅੱਗੇ ਦਾ ਤੁਹਾਡਾ ਕੀ پلان ہے میرے ਕੋਲ ਵੀ ਨਹੀਂ ਅਨਸਰ ਹੋਏਗਾ ਬਟ ਜਿੱਥੇ ਵੀ ਹੋ ਜੋ ਵੀ ਕੰਮ ਕਰ ਰਹੇ ਹੋ ਜਿਵੇਂ लेट्स सपोज ਮੈਂ ਆਪਣੀ ਜੌਬ ਹੈ ਮੈਂ ਆਪਣਾ ਸੀਐਸਐਮ ਦਾ ਰੋਲ ਕਰ ਰਹੀ ਹਾਂ ਮੈਨੂੰ ਇਹ ਹੋਣਾ ਚਾਹੀਦਾ ਹੈ ਕਿ ਉਸ چیز ਤੇ ਕੋਈ ਕੁਐਸਚਨ ਨਾ ਆਏ ਉਹ میری ਮੋਟੀਵੇਸ਼ਨ ਹੈ ਮਤਲਬ ਮੈਂ ਆਪਣਾ ਮੋਟੀਵੇਸ਼ਨ ਆਪ ਲੱਬਿਆ ਹੋਇਆ ਕਿ ਕੋਈ ਇਹ ਨਾ ਕਵੇ ਕਿ ਇਸ ਕੰਮ ਇਹ ਕੰਮ ਬੈਟਰ ਹੋ ਸਕਦਾ ਸੀਗਾ ਉਦੇ ਕਰਕੇ ਮੈਂ ਸਵੇਰੇ ਮੋਟੀਵੇਟ ਹੋ ਕੇ ਜਾਨੀ ਆ ਸੇਮ ਅਗਰ ਤੁਸੀਂ ਸਟੱਡੀਜ਼ ਕਰ ਰਹੇ ਹੋ ਤਾਂ ਤੁਹਾਡੇ ਮਾਈਂਡ ਵਿੱਚ ਇੱਕ ਗੋਲ ਹੋਣਾ ਚਾਹੀਦਾ ਹੈ ਹਰ ਵਾਰ ਇਹ ਨਹੀਂ ਹੁੰਦਾ ਟਾਪਰ ਹੁੰਦਾ ਹਰ ਵਾਰ ਇਹ ਹੁੰਦਾ ਮੈਨੂੰ ਕੋਈ ਵਾਰ ਸਮਝ ਆਣਾ ਚਾਹੀਦਾ ਹੈ ਮੈਂ 올 ਰੌਂਡਰ ਬਣਾ ਮੈਂ ਸੋਸ਼ਲ ਐਕਟੀਵਿਟੀਜ਼ ਜਦੋਂ ਤੁਹਾਡਾ ਗੋਲ ਆਪਣਾ ਪਰਸਨਲ ਹੋਏਗਾ ਆਈ ਥਿੰਕ ਉਹਦੇ ਲਈ ਆਟੋਮੈਟਿਕਲੀ ਮੋਟੀਵੇਸ਼ਨ ਆਏਗੀ ਦੂਜਾ ਤੁਹਾਨੂੰ ਆਪਣੇ ਆਪ ਨੂੰ ਨਾ ਹਰ ਰੋਜ਼ ਯਾਦ ਕਰਵਾਉਣਾ ਪਏਗਾ ਜਿਵੇਂ ਅਗਰ ਮੈਂ ਆਪਣੇ ਆਪ ਨੂੰ ਰੂਥ ਸਵੇਰੇ ਕਹਿੰਨੀ ਆ ਕਿ ਮਨਵੀਤ ਤੇਰੀ ਪੋਜੀਸ਼ਨ ਤੇ ਕੋਈ ਕੁਐਸਚਨ ਨਹੀਂ ਆਉਣਾ ਚਾਹੀਦਾ ਉਹ ਮੇਰਾ ਆਪਣੇ ਆਪ ਨਾਲ ਡਾਇਲੋਗ ਹੈ ਉਹ ਇਹ ਨਹੀਂ ਡਿਪੈਂਡ ਕਰਦਾ ਕਿ ਜਾਨ ਜੀ ਮੈਨੂੰ ਕੀ ਕਹੇ ਮੇਰੇ ਪੇਰੈਂਟਸ ਕੀ ਕਹੇ ਮੇਰੇ ਬੌਸ ਮੈਨੂੰ ਕੀ 익ਸਪੈਕਟ ਕਰਦੇ ਨੇ ਜਦ ਤੱਕ ਉਹ ਕਹਿਣਗੇ ਮੈਂ ਸੁਣਾਗੀ ਮੈਂ ਮੋਟੀਵੇਟਡ ਹੋ ਜਾਵਾਂਗੀ ਬਟ ਮੈਂ ਕਰੂੰਗੀ ਨਹੀਂ ਮਜਦ ਤੱਕ ਮੇਰੇ ਅੰਦਰ ਆਵਾਜ਼ ਨਹੀਂ ਆਏਗੀ ਤਾਂ ਆਈ ਥਿੰਕ ਮੇਰਾ ਮੋਟੀਵੇਟਰ ਰਹਿੰਦਾ ਹੈ ਇਸ ਜਰੀਏ ਕਿ ਆਪਣੇ ਲਈ ਇੱਕ ਆਪਣਾ ਗੋਲ ਸੈੱਟ ਕਰੋ ਤੇ ਆਪਣੇ ਆਪ ਨੂੰ ਉਧਾਰਾਂਦੇ ਰਹੋ ਮੈਨੂੰ ਇਹ ਲੱਗਦਾ ਜੀ ਕਿ ਜੋ ਮੈਨੂੰ ਲੱਗਦਾ ਕਿ ਬੰਦਾ ਸੈਲਫ ਮੋਟੀਵੇਟ ਕਿਵੇਂ ਰਹਿ ਸਕਦਾ ਹੈ ਇੱਕ ਵਰਡ ਯੂਜ਼ ਹੁੰਦਾ ਜੀ ਇੰਟੀਗ੍ਰਿਟੀ ਮੈਂ ਕਾਫੀ ਵਾਰ ਇਸ ਰਿਗਾਰਡਿੰਗ ਡਿਸਕਸ਼ਨ ਕੀਤੀ ਹੈ ਸੈਲਫ ਵੈਲਿਊ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਇਹ ਹੀ ਤੁਹਾਡੀ ਮੋਟੀਵੇਸ਼ਨ ਹੈ ਤੁਸੀਂ ਪ੍ਰੋਫੈਸ਼ਨਲਿਜ਼ਮ ਦੇ ਵਿੱਚੋਂ ਪਰਸਨਲ ਲਾਈਫ ਦੇ ਵਿੱਚੋਂ ਤੁਹਾਡੀ ਸੈਲਫ ਵੈਲਿਊ ਯਾਨੀ ਕਿ ਕੱਲ ਨੂੰ ਤੁਹਾਡੇ ਰਿਲੇਟਡ ਕਿਤੇ ਗੱਲ ਹੁੰਦੀ ਹੈ ਤਾਂ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਇਹ ਡਿਪੈਂਡ ਕਰਦਾ ਕਿ ਤੁਸੀਂ ਹਰਕਤ ਕਿਦਾਂ ਨਹੀਂ ਕਰਦੇ ਹੋ ਸੋ ਇਹ ਤੁਹਾਡੀ ਮੋਟੀਵੇਸ਼ਨ ਹੈ ਮੇਰੇ ਸਾਹਮਣੇ ਕੋਮਲ ਨੇ ਪੁੱਛਿਆ ਹੈ ਆਈ ਵਾਂਟ ਟੂ ਆਸਕ ਵਾਟ ਇਜ਼ ਯੋਰ ਅਰਲੀਐਸਟ ਐਕਸਪੀਰੀਐਂਸ ਆਫ ਗੋਡ आई नो ਅਸੀਂ ਬਚਪਨ ਤੋਂ ਹੀ ਸੁਣਦੇ ਆ ਕਿ ਰੱਬ ਜੀ ਹੈ ਪਰ ਕੋਈ ਆਪਣਾ ਐਸਾ ਐਕਸਪੀਰੀਅੰਸ ਸ਼ੇਅਰ ਕਰੋ ਜਿਸ ਤੋਂ ਬਾਅਦ ਤੁਸੀਂ ਖੁਦ ਰੱਬ ਦੀ ਪ੍ਰੈਜ਼ੈਂਸ ਨੂੰ ਫੀਲ ਕੀਤਾ ਐਂਡ ਤੁਹਾਡਾ ਬਲੀਵ ਹੋਰ ਸਟਰੋਂਗ ਹੋ ਗਿਆ ਮੇਰੀ ਲਾਈਫ ਦਾ ਜੀ ਦੇਖੋ ਹੁਣ ਉਹੀ ਆ ਕਿ ਮੈਂ ਇਹਨੂੰ ਅੱਛੀ ਤਰੀਕੇ ਨਾਲ ਸਭ ਦੇ ਸਾਹਮਣੇ ਸ਼ੇਅਰ ਨਹੀਂ ਕਰ ਸਕਦਾ ਪਰ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਮੈਂ ਸਾਖਸ਼ਾਤ ਤੁਸੀਂ ਇਹ ਦੇਖ ਲਓ ਕਿ ਪਰਮਾਤਮਾ ਨੂੰ ਮੂੜਿਆਂ ਤੇ ਦੇਖਿਆ ਜੀ ਇਦਾਂ ਮਤਲਬ ਮੈਂ ਇਦਾਂ ਦੇਖਿਆ ਕਿ ਜੋ ਮੈਂ ਪਹਿਨਾ ਉਹਨਾਂ ਦੀ 2020 ਤੋਂ ਪਹਿਲਾਂ ਦੀ ਲਾਈਫ ਆ ਨਾ ਉਹ 2-4 ਸਾਲ ਮੇਰੀ ਲਾਈਫ ਤੇ ਇਦਾਂ ਦੇ ਸੀਗੇ ਕਿ ਜਦੋਂ ਮੇਰੇ ਨਾਲ ਪਤਾ ਹੀ ਨਹੀਂ ਕਿੰਨਾ ਬੁਰਾ ਹੋ ਸਕਦਾ ਸੀਗਾ ਪਰ ਮੈਨੂੰ ਇਹ ਲੱਗਦਾ ਜੀਏ ਕਿ ਉਹ ਸਿਰਫ ਤਾਂ ਹੀ ਨਹੀਂ ਹੋ ਪਾਇਆ ਕਿਉਂਕਿ ਪਰਮਾਤਮਾ ਮੇਰੀਆਂ ਪ੍ਰੋਬਲਮਸ ਦੇ ਮੂਹਰੇ ਆ ਕੇ ਖੜਗੇ ਜੀ ਉਹ ਮਤਲਬ ਮੈਂ ਉਹ ਇਹ ਚੀਜ਼ ਨੂੰ ਖੁਦ ਫੀਲ ਕੀਤਾ ਕਿ ਯਾਰ ਉਹ ਬਹੁਤ ਕੁਝ ਉੱਥੇ ਹੋ ਸਕਦਾ ਸੀ لیکن پرماتما نے سامنے ਆ کے پتہ ہی نہیں ਕਿਥੋਂ ਕਿਹੜੇ ਕਿਵੇਂ ਲੋਕ اکٹھے ہوئے جی ਕਿਵੇਂ سیناریو ہوئے ਕਿਵੇਂ bure ਤੋਂ bure ਹਾਲਾਤ convert ਹੋ ਗਏ ਜੀ ਚੰਗੇ ਤੋਂ ਚੰਗੇ ਹਾਲਾਤਾਂ ਦੇ ਵਿੱਚ اور ਇਹ ਉਹਨਾਂ ਹਾਲਾਤਾਂ ਦਾ ਨਤੀਜਾ ਜਜਾ ਆਪਾਂ سامنے بیٹھے ہیں جی ਮੈਂ ਮਤਲਬ ਇਹਨੂੰ ਡੀਪਲੀ ਇੰਟਰਨਲੀ ਡਿਸਕ੍ਰਾਈਬ ਨਹੀਂ ਕਰ ਸਕਦਾ ਉਹ ਮੇਰੀ ਇੱਕ ਪਰਸਨਲ ਹੈਗਾ ਜੀ ਇਸ ਟਾਈਮ ਨਹੀਂ ਕਰ ਸਕਦਾ ਪਰ ਸ਼ਾਇਦ ਤੁਹਾਨੂੰ ਮੇਰੇ ਹਾਉਪਾ ਉਹ ਤੋਂ ਆਈਡੀਆ ਹੋ ਗਿਆ ਹੋਵੇ ਕਿ ਮੈਂ ਯਾਦ ਆ ਗਿਆ ਸਾਰਾ ਕੁਝ ਆ ਮੇਰਾ ਪਰਸਨਲ ایکسپੀਰੀਅੰਸ ਹਨਾ ਸ਼ੁਰੂ ਤੋਂ ਹੀ ਸਾਡੇ ਘਰ ਵਿੱਚ ਅੱਦਾ ਸੀਗਾ ਕਿ ਬਾਣੀ ਕੰਠ ਕਰੋ ਕਿ ਰੱਬ ਜੀ ਨੇ ਅੰਗਸੰਗ ਰਹਿੰਦੇ ਨੇ ਅੰਗਸਗ ਰਹਿੰਦੇ ਨੇ ਬਟ ਮੇਰਾ ਜਿਵੇਂ ਤੁਸੀਂ ਕਿਹਾ ਕਿ ਬਚਪਨ ਤੋਂ ਸੀ ਸੁਣਦੇ ਆ ਤਾਂ ਆਈ ਥਿੰਕ ਬਹੁਤ अर्ਲੀ ਏਜ ਵਿੱਚ ਅੱਦਾ ਹੋ ਗਿਆ ਸੀਗਾ ਕਿ ਸਾਡੇ ਕੋਈ ਨੌਨਟੂ ਸੀਗੇ ਤੇ ਮੁੰਡਾ ਸੀਗਾ ਉਹਨੇ ਮੈਨੂੰ ਉੱਪਰ ਬੁਲਾ ਲਿਆ ਘਰ ਵਿੱਚ ਐਂਡ ਉਹਨਾਂ ਨੇ ਉਹਨਾਂ ਦੀ ਇੰਟੈਂਸ਼ਨ ਸੀ ਕੁਝ ਕਰਨ ਦੀ ਬਟ ਮੈਨੂੰ ਨਹੀਂ ਪਤਾ ਮੈਨੂੰ ਹਜੇ ਵੀ ਨਹੀਂ ਪਤਾ ਅਗਰ ਮੈਂ ਦੱਸਾਂ ਮੈਨੂੰ ਲੱਗਦਾ ਉੱਥੇ ਰੱਬ ਜੀ ਆਪ ਹੀ ਵਰਤੇ ਨੇ ਕਿ ਮੈਂ ਛੋਟੀ ਜੀ ਹੁੰਦੀ ਸੀ ਮੈਂ ਫਟਾਫਟ ਕੁੰਡੀ ਖੋਲੀ ਤੱਕਾ ਮਾਰਿਆ ਔਰ ਮੈਂ ਆਗੀ ਬਾਰ ਔਰ ਮੈਨੂੰ ਕੁਝ ਵੀ ਹੋਇਆ ਨਹੀਂ ਮਰ ਮੈਂ ਬਸ ਉੱਪਰ ਗਈ ਮੈਨੂੰ ਪਤਾ ਚੱਲ ਗਿਆ ਕੁਝ ਗਲਤ ਹੋਣ ਵਾਲਾ ਹੈ ਸ਼ਾਇਦ ਮੈਂ ਕੁੰਡੀ ਖੋਲੀ ਐਂਡ ਮੈਂ ਆਗੀ ਤਾਂ ਉਹ ਐਕਸਪੀਰੀਅੰਸ ਨਾ ਜੇ ਮੈਂ ਅੱਜ ਵੀ ਯਾਦ ਕਰਾਂ ਤਾਂ ਮੈਨੂੰ ਅਜੇ ਲੱਗਦਾ ਕਿ ਯਾਰ ਰੱਬ ਜੀ ਤੁਸੀਂ ਕਿਵੇਂ ਬਚਾਇਆ ਮੈਨੂੰ ਕਿ ਮੈਂ ਮਤਲਬ ਕਿ ਛੋਟੇ ਜਿਹੇ ਬੱਚੇ ਦੇ ਦਿਮਾਗ ਵਿੱਚ ਇੰਨੀ ਗੱਲ ਆਉਣੀ ਕਿ ਸ਼ਾਇਦ ਕੁਝ ਗਲਤ ਹੋ ਸਕਦਾ ਹੈ ਕਿ ਅਗਰ ਕੋਈ ਕੁੰਡੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕੁੰਡੀ ਖੋਲ ਕੇ ਬਾਹਰ ਜਾਣਾ ਹੈਗਾ ਸੋ ਸ਼ਾਇਦ ਐਂਡ ਮੈਂ ਹਜੇ ਵੀ ਦੇਖਣਾ ਮੇਰੂੰ ਤਾਂ ਹਜੇ ਘਰ ਦੇ ਕੁੰਡੇ ਆਰਾਮ ਨਾਲ ਦੇ ਖੁਰਦੀ ਬਿਨਾ ਪੈਰ ਚੱਕਿਆ ਉਸ ਟਾਈਮ ਕਿਵੇਂ ਖੋਲਲੀ ਨਾ ਮਤਲਬ ਤਾਂ ਮੈਨੂੰ ਲੱਗਦਾ ਨਹੀਂ ਕਿਉਂ ਮੈਂ ਖੋਲਿਆ ਉਸ ਉਸ ਦਿਨ ਤੋਂ ਬਾਅਦ ਆਈ ਥਿੰਕ ਕਿ ਮੇਰਾ ਮੇਰਾ ਭਰੋਸਾ ਬਹੁਤ ਜ਼ਿਆਦਾ ਸਟਰੋਂਗ ਹੋ ਗਿਆ ਸੀਗਾ ਕਿ ਭਈ ਆਪਣੀਆਂ ਤਾਂ ਇੱਥੇ ਗੱਲਾਂ ਹੀ ਮੇਰਾ ਬਜੀ ਨਹੀਂ ਕਰਨਾ ਹੈ ਜੋ ਕਰਨਾ ਹੈ ਉਹਨਾਂ ਨੇ ਬਚਾਉਣਾ ਹੈ ਜਿੱਦਾਂ ਬਚਾਣ ਨੈਕਸਟ ਇਜ਼ ਵਾਈ ਡੋਨਟ ਪੀਪਲ ਲਾਈਕ ਟੂ ਟਾਕ ਟੂ ਅਸ ਵਾਈ ਡੋਨਟ ਪੀਪਲ ਲਾਈਕ ਟੂ ਟਾਕ ਟੂ ਅਸ ਲੋਕ ਦੇਖ ਕੇ ਹੀ ਮੂੰਹ ਕਿਉਂ ਫੇਰ ਲੈਂਦੇ ਨੇ ਆਪਣੇ ਮੁਕਾਮ ਨੂੰ ਕਿਵੇਂ ਹਾਸਲ ਕਰੀਏ ਜੇ ਪੈਰੈਂਟਸ ਰਾਜ਼ੀ ਨਾ ਹੋਣ ਬਟ ਸਾਨੂੰ ਕਸਾ ਸਾਨੂੰ ਕੰਮ ਪਸੰਦ ਹੈ ਠੀਕ ਹੈ ਬਟ ਪੈਰੈਂਟਲ ਸਪੋਰਟ ਨਹੀਂ ਹੈ ਜਾਗ੍ਰਿਤੀ ਨੇ ਕੁਐਸਚਨ ਪੁੱਛਿਆ ਸੋ ਦਾਗ੍ਰਿਤੀ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਨਾ ਮੈਨੂੰ ਵੀ ਇਦਾਂ ਲੱਗਦਾ ਸੀਗਾ ਜਦੋਂ ਮੈਂ 10th ਤੱਕ ਸੀਗੀ ਕਿ ਲੋਕੀ ਮੈਨੂੰ ਨਹੀਂ ਬੁਲਾਣਾ ਚਾਹੁੰਦੇ ਆਈ ਥਿੰਕ ਨਾ ਜੀ ਤੁਹਾਨੂੰ ਵੀ ਇਹ ਲੱਗਦਾ ਹੋਣਾ ਹੈ ਨਾ ਜਿਵੇਂ ਆਪਾਂ ਦੋਨਾਂ ਨੇ ਸ਼ੇਅਰ ਕੀਤਾ ਪਤਾ ਹੈ ਕਿਉਂ ਕਿ ਉਦੋਂ ਨਾ ਉਸ ਟਾਈਮ ਸਾਨੂੰ ਆਪਣੇ ਆਪ ਨੂੰ ਬੁਲਾਣਾ ਚੰਗਾ ਨਹੀਂ ਲੱਗਦਾ ਮੈਨੂੰ ਇਦਾਂ ਲੱਗਦਾ ਜਦੋਂ ਸਾਡੇ ਮਾਈਂਡ ਵਿੱਚ ਆਪਣੀ ਇਮੇਜ ਨੂੰ ਲੈ ਕੇ ਇਨਸਿਕਿਉਰਿਟੀਆਂ ਹੁੰਦੀਆਂ ਨੇ ਨਾ ਸਾਡੇ ਵਿੱਚ ਕੌਨਫੀਡੈਂਸ ਨਹੀਂ ਹੁੰਦਾ ਸਾਨੂੰ ਇਦਾਂ ਲੱਗਦਾ ਕਿ ਸ਼ਾਇਦ ਲੋਕੀ ਸਾਨੂੰ ਦੱਸਣਗੇ ਸਾਡੀ ਵਰਥ ਕੀ ਹੈ ਲੋਕੀ ਸਾਨੂੰ ਦੱਸਣਗੇ ਕਿ ਇਹ ਵਧੀਆ ਬੰਦਾ ਹੈ ਕਿ ਨਹੀਂ ਵਧੀਆ ਬੰਦਾ ਲੋਕੀ ਸਾਨੂੰ ਇਹ ਸਰਟੀਫਿਕੇਟ ਦੇਣਗੇ ਲੋਕੀ ਸਾਡੀ ਵਾਹ ਵਾਹ ਹੀ ਕਰਨਗੇ ਤਾਂ ਅਸੀਂ ਖੁਸ਼ ਹੋ ਜਾਵਾਂਗੇ ਜਦੋਂ ਆਪਾਂ ਬਾਰੋ ਵੇਟ ਕਰ ਰਹੇ ਹੁੰਦੇ ਆ ਨਾ ਸ਼ਾਇਦ ਉਸ ਟਾਈਮ ਸਾਨੂੰ ਨਾ ਲੋਕਾਂ ਦੇ ਬਹੁਤ ਮੈਟਰ ਕਰਦੇ ਆ ਕਿ ਯਾਰ ਉਹਨੇ ਮੈਨੂੰ ਦੇਖ ਕੇ ਮੂੰਹ ਚੜਾ ਲਿਆ ਮੈਂ ਉੱਥੇ ਗਿਆ ਸੀ ਉਹ ਸਾਈਡ ਤੇ ਹੋ ਗਿਆ ਬਟ ਵਾਂਸ ਵੇ ਕਿੰਨੇ ਨਾ ਇਹ ਜਰਨੀ ਹੈ ਬੰਦੇ ਖੋਜ ਦਿਲ ਹਰ ਰੋਜ਼ ਤਾਂ ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰਤਾ ਨਾ ਜਾਗਰਤੀ ਵਾਂਸ ਯੂ ਆ ਸੈਟੀਸਫਾਈਡ ਵਿਦ ਯੋਰ ਸੈਲਫ ਤੁਹਾਨੂੰ ਪਤਾ ਰਹੇ ਜੇ ਕਿ ਜੇ ਤੁਹਾਨੂੰ ਲੋਕੀ ਨਹੀਂ ਵੀ ਬੁਲਾਣਗੇ ਨਾ ਤੁਹਾਨੂੰ ਫਰਕ ਅੱਜ ਸਾਡੀ ਦੂਰ ਦੂਰਾਂ ਦੀ ਸਟੇਜ ਹੈ ਹਨਾ ਅਧਨਿਆ ਕਿ ਇਹ ਹੰਕਾਰ ਵਾਲੀ ਗੱਲ ਹੈ ਬਟ ਲੈਟ ਸੁਪੋਜ਼ ਮੈਂ ਕਿੱਥੇ ਜਾਣੀ ਆ ਮੈਨੂੰ ਲੱਗਦਾ ਯਾਰ ਪੰਜ ਬੰਦੇ ਮੈਨੂੰ ਨਹੀਂ ਬੁਲਾਣਾ ਚਾਹੁੰਦੇ ਮੈਨੂੰ ਕੀ ਹੁੰਦਾ ਯਾਰ ਹੋ ਸਕਦਾ ਹੈ ਕਿ ਮੈਂ ਇੰਨਾ ਦੇ 익ਸਪੈਕਟੇਸ਼ਨਸ ਤੇ ਖਰੀ ਨਾ ਉਤਰਿਓ ਤਾਂ ਇਟ ਇਜ਼ ਓਕੇ ਨਾ ਹਰ ਜਗ੍ਹਾ ਹਰ ਕੋਈ ਤੁਹਾਨੂੰ ਬੁਲਾਣਾ ਚਾਹੇਗਾ ਇਹ ਨਹੀਂ ਨੈਸੈਸਰੀ ਹਮ ਹਰ ਜਗ੍ਹਾ ਨਹੀਂ ਹੁੰਦਾ ਕਿਉਂਕਿ ਅਗਰ ਲੈਟ ਸੁਪੋਜ਼ ਕੋਈ ਬੰਦੇ ਦੀਆਂ ਆਤਾਂ ਮੇਰੇ ਤੋਂ ਅਲੱਗ ਹੋਣ ਗਿਆ ਜੇ ਮੈਂ ਉਹਦੇ ਨਾਲ ਜਾਵਾਂਗੀ ਮੈਨੂੰ ਅਵੋਇਡ ਕਰੇਗਾ ਬਟ ਜਦੋਂ ਤੁਸੀਂ ਆਪਣੀ ਰਿਅਲਾਈਜੇਸ਼ਨ ਜਾਣ ਲਈ ਨਾ ਤੁਹਾਨੂੰ ਇਹ ਮੈਟਰ ਨਹੀਂ ਕਰੇਗਾ ਸੋ ਇਨਸਟੈਡ ਆਫ ਇਹ ਦੇਖਾਂ ਕਿ ਉਹ ਇਦਾਂ ਕਿਉਂ ਕਰ ਰਹੇ ਨੇ ਮੈਂ ਇਹ ਦੇਖਾਂ ਕਿ ਉਹਨਾਂ ਦੇ ਇਦਾਂ ਕਰਨ ਨਾਲ ਮੈਨੂੰ ਫਰਕ ਕਿਉਂ ਪੈ ਰਿਹਾ ਨਾਲੇ ਉਹ ਵੀ ਮੈਨੂੰ ਇਦਾਂ ਲੱਗਦਾ ਜੀ ਕਿ ਜ਼ਿੰਦਗੀ ਹੈ ਜਿਹੜੀ ਜਾਂ ਲਾਈਫ ਹੈ ਜੀ ਇਹ ਬਹੁਤ ਵੱਡੀ ਆ ਇਹਦੇ ਵਿੱਚ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਅਲੱਗ-ਅਲੱਗ ਪਰਸੈਂਟੇਜ ਮਿਲਣਗੀਆਂ ਕੁਝ ਤੁਹਾਡੇ ਹੱਕ 'ਚ ਬੋਲਣਗੇ ਜੀ ਕੁਝ ਤੁਹਾਡੇ ਖਿਲਾਫ ਬੋਲਣਗੇ ਸਾਡਾ ਕੰਮ ਹੈਗਾ ਜੀ ਜਿਹੜਾ ਸਾਡੇ ਹੱਕ 'ਚ ਬੋਲ ਰਿਹਾ ਉਹ ਸਾਡੇ ਸਿਰ ਤੇ ਨਹੀਂ ਚੜਨਾ ਚਾਹੀਦਾ ਜਿਹੜਾ ਸਾਡੇ ਖਿਲਾਫ ਬੋਲ ਰਿਹਾ ਉਹਦੇ ਕਰਕੇ ਸਾਡਾ ਦਿਮਾਗ ਨਹੀਂ ਖਰਾਬ ਹੋਣਾ ਚਾਹੀਦਾ ਸਾਡੀ ਜਿਹੜੀ ਇੰਡੀਵਿਜੂਅਲ ਪਰਸਨੈਲਿਟੀ ਆ ਉਹ ਨਿਊਟਰਲ ਰਹਿਣੀ ਚਾਹੀਦੀ ਆ ਸਿਚੁਏਸ਼ਨ ਦੇ ਮਤਲਬ ਕਿਸੇ ਵੀ ਸਿਚੁਏਸ਼ਨ ਨੂੰ ਲੈ ਕੇ ਸਾਡੀ ਪਰਸਨੈਲਿਟੀ ਜਿਹੜਾ ਸਾਡਾ ਦਿਮਾਗ ਉਹ ਨਿਊਟਰਲ ਰਹਿਣਾ ਚਾਹੀਦਾ ਅਸੀਂ ਆਪਣੇ ਟੀਚੇ ਤੋਂ ਨਾ ਭਟਕੀਏ ਅਸੀਂ ਕਿੱਥੇ ਜਾਣਾ ਚਾਹੁੰਦੇ ਆ ਇਹ ਕੋਈ ਹੋਰ ਨਾ ਡਿਸਾਈਡ ਕਰੇ ਆਪਣੀ ਵਰਡਿੰਗਸ ਨਾਲ ਤੁਸੀਂ ਕਿਤੇ ਤੁਰੇ ਜਾ ਰਹੇ ਹੋ ਕੋਈ ਤੁਹਾਨੂੰ ਗਾਲ ਕੱਢ ਰਿਹਾ ਹੈ ਤੁਸੀਂ ਮੁੜ ਕੇ ਉਹਨੂੰ ਗਾਲ ਕੱਢਦੇ ਇਟ ਮੀਨਸ ਕਿ ਤੁਹਾਡੇ ਅੰਦਰ ਕਿੰਨਾ ਕਿਤੇ ਕਮਜ਼ੋਰੀ ਆ ਉਹ ਬੰਦਾ ਤੁਹਾਨੂੰ ਰੁਕਣਾ ਚਾਹੁੰਦਾ ਸੀਗਾ ਤੁਸੀਂ ਉਹਦੇ ਗਾਲ ਕੱਡੇ ਤੇ ਰੁਕ ਗਏ ਦੂਜੀ ਗੱਲ ਸੇਮ ਟਾਈਮ ਤੁਸੀਂ ਤੁਰਦੇ ਜਾ ਰਹੇ ਹੋ ਕਿਸੇ ਬੰਦੇ ਨੇ ਤੁਹਾਡੀ ਤਾਰੀਫ ਕੀਤੀ ਜੀ ਤੁਸੀਂ ਉਹਦੇ ਕੋਲ ਖੜ ਕੇ 15 ਮਿੰਟ ਹੋਰ ਗੱਲਾਂ ਕਰਦੇ ਰਹੇ ਜਾਨੀ ਕਿ ਜਿੱਥੇ ਤੁਸੀਂ ਪਹੁੰਚਣਾ ਸੀਗਾ ਉੱਥੋਂ 15 ਮਿੰਟ ਦਾ ਦੂਰੀ ਪਾਤੀ ਇਟ ਮੀਨਸ ਕੀ ਹੈ ਜੀ ਕਿ ਜਦੋਂ ਇੱਧਰ ਉੱਧਰੋਂ ਡਿਸਟਰੈਕਸ਼ਨ ਹੁੰਦੀ ਹੈ ਚੰਗੀ ਚਾਹੇ ਬੁਰੀ ਥੁੱਡੀ ਪਰਸਨੈਲਿਟੀ న్యూਟਰ ਰਹਿਣੀ ਚਾਹੀਦੀ ਆ ਤਾਂ ਕਿ ਤੁਸੀਂ ਆਪਣੇ ਟੀਚਰ ਤੋਂ ਨਾ ਪਰ। ਤੁਸੀਂ ਇਹ ਦੇਖੋ ਕਿ ਤੁਸੀਂ ਜਦੋਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਰਹੇ ਹੋ ਤੇ ਕੀ ਤੁਸੀਂ ਸਮਾਈਲ ਕਰਕੇ ਅੱਖਾਂ ਮਿਲਾ ਕੇ ਆਪਣੇ ਨਾਲ ਗੱਲ ਕਰ ਸਕਦੇ ਹੋ ਕਿ ਹੋਰ ਬਈ ਮੇਰੇ ਨਾਲ ਪੁੱਛੇ ਸੀ ਜੇ ਘਰ ਦੇ ਗਰੀ ਨਾ ਹੋਣ ਬਟ ਤੁਹਾਨੂੰ ਕੰਮ ਪਸੰਦ ਹੋਏ। ਜੇ ਦੇਖੋ ਤੁਹਾਨੂੰ ਇਹਦੇ 'ਚ ਨਾ ਡੀਪ ਜਾ ਕੇ ਇੱਕ ਚੀਜ਼ ਦੇਖਣੀ ਪਾਏਗੀ ਕਿ ਤੁਹਾਡੇ ਘਰ ਦੇ ਦੀ ਇੰਟੈਂਸ਼ਨ ਤੁਹਾਡੇ ਲਈ ਮਾੜੀ ਨਹੀਂ ਹੁੰਦੀ। ਜਦੋਂ ਮੈਂ ਡਿਸੀਜਨ ਲਿੱਤਾ ਸੀਗਾ ਕਿ ਮੈਂ ਸੀਏ ਨਹੀਂ ਕੰਟੀਨਿਊ ਕਰਨੀ ਤਾਂ ਮੇਰੇ ਘਰ ਦੇ ਵੀ ਇਕਦਮ ਮੇਰੇ ਨਾਲ ਰੈਡੀ ਨਹੀਂ ਹੋ ਗਏ ਸੀ। बट अगर मैं उन्होंने अपना रिश्ता खराब करूँगी वह भी गलत है सैकेंड अगर मैं आप जबरदस्ती कोई होर चीज़ की जाऊंगी वह भी गलत है सो so, देखना पएगा कि ना तो तीन अपनी परसनल रिलेशनशिप खराब करो बट अपना प्रोफेसनल जरा डिसिजन है ना वह इन्नी मेहनत करो ना उस चीज़ पर जो तो मैं अमृतसर गई सैकोलॉजी पढ़ने मैं एक्सट्रा मेहनत की जो अज तक मैं नहीं की वो so, तो तो पिछले रीजन ये कि मैं चाहती <coughs> नहीं कि मेरे पेरेंट्स लैड डाउन हो ਤਾਂ ਗਰ ਤੁਹਾਡੇ ਘਰ ਦੇ ਗਰੀ ਨਹੀਂ ਹੈ ਉਹ ਹੋ ਜਾਣਗੇ ਪ੍ਰੋਵਾਈਡਡ ਤੁਹਾਡੇ ਦਿਮਾਗ ਚ ਗਲਤ ਨਹੀਂ ਹੈ ਮਤਲਬ ਤੁਸੀਂ ਮਿਹਨਤ ਕਰਨ ਤੋਂ ਭੱਜ ਨਹੀਂ ਰਹੋ ਔਰ ਅਗਰ ਤੁਸੀਂ ਇਹਨੂੰ ਹੋਰ ਥੋੜਾ ਜਆ ਵਧੀਆ ਤਰੀਕੇ ਨਾਲ ਸੋਲਵ ਕਰਨਾ ਹੈ ਨਾ ਆਪਣੇ ਦਿਮਾਗ ਚ ਤੁਸੀਂ ਨਾ ਟਾਈਮ ਲੈ ਸਕਦੇ ਹੋ ਜੀ ਤੁਸੀਂ ਘਰਦਿਆਂ ਨੂੰ ਕਿਹਾ ਕਿ ਮੈਨੂੰ 2 ਸਾਲ ਦੇ ਦੋ ਹਾਂ ਜੀ ਜੋ ਤੁਹਾਡਾ ਮੰਨ ਕਰੂਗਾ ਮੈਂ ਉਦਾਂ ਕਰਨ ਨੂੰ ਤਿਆਰ ਆ ਇਹਦੇ ਨਾਲ ਕੀ ਹੋਊਗਾ ਜੀ ਕਰਦਿਆਂ ਦੇ ਜੋ ਦਿਮਾਗ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਬੱਚਾ ਸਾਡੀ ਗੱਲ ਮੰਨਣ ਨੂੰ ਤਿਆਰ ਹੈ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਅਸੀਂ ਇਹਨੂੰ ਮੌਕਾ ਦੇਣ ਨੂੰ ਯਾਰਾ ਹੁਣ ਤੁਹਾਡੇ ਕੋਲ 2 ਸਾਲ ਨੇ ਜੀ ਤੁਸੀਂ 2 ਸਾਲ ਚ ਪ੍ਰੂਵ ਕਰ ਦੋ ਕੱਲ ਨੂੰ ਤੁਸੀਂ ਡੀਐਸਪੀ ਲੈਵਲ ਦੇ ਬੰਦੇ ਬਣ ਗਏ ਉਹਨੂੰ ਲੱਗਦਾ ਕਿ ਤੁਹਾਡੇ ਘਰ ਦੇ ਕਹਣਗੇ ਉਹ ਛੱਡ ਗਿਆ ਕੰਮ ਕਰ ਸਵਾਲ ਹੀ ਨਹੀਂ ਪੈਦਾ ਹੁੰਦਾ ਸੋ ਮਿਸਿੰਗ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਟਾਈਮ ਤੁਹਾਨੂੰ ਮਿਹਨਤ ਵਧਾਣੀ ਪੈਗੀ ਜੇ ਤੁਸੀਂ ਇਹ ਵੀ ਲੈ ਲੋਗੇ ਕਿ ਅੱਜ ਤੋਂ ਬਾਅਦ ਮੈਂ ਘਰ ਦੇ ਦੀ ਪਰਵਾਹ ਨਹੀਂ ਕਰਦਾ ਐਂਡ ਪਰਸਨਲ ਰਿਲੇਸ਼ਨਸ਼ਿਪ ਕਰਦੇ ਆਂ ਲੜਾਈ ਚੋ ਜੋਗੇ ਤੁਹਾਨੂੰ ਇਹ ਸਮਝਣਾ ਪੈਗਾ ਕਿ ਉਹ ਤੁਹਾਡੇ ਲਈ ਬੁਰਾ ਨਹੀਂ ਚਾਹੁੰਦੇ ਐਗਜੈਕਟਲੀ ਤੇ ਤੁਹਾਨੂੰ ਆਪਣਾ ਪਿਆਰ ਹੋਵੇਂ ਬਣਾ ਕੇ ਰੱਖਣਾ 18 ਤੋਂ 22 ਦੀ এজ ਵਿੱਚ ਤੁਹਾਡਾ ਕੈਰੀਅਰ ਵੀ ਹੈ ਤੇ ਤੁਹਾਡਾ ਰਿਲੇਸ਼ਨਸ਼ਿਪ ਵੀ ਹੈ ਤੇ ਤੁਸੀਂ ਇਹਨਾਂ ਦੋਨਾਂ ਨੂੰ ਹੀ ਨਹੀਂ ਨੈਗਲੈਕਟ ਕਰ ਸਕਦੇ ਤੇ ਇਜ਼ ਇ ਪੋਸੀਬਲ ਕਿ ਤੁਸੀਂ ਇਹਨਾਂ ਦੋਨਾਂ ਨੂੰ ਹੈਂਡ ਇਨ ਹੈਂਡ ਇਕੁਅਲੀ ਪ੍ਰਾਇੋਰਟਾਈਜ਼ ਕਰ ਸਕੋ ਬੜਾ ਅੱਛਾ ਤਰੀਕਾ ਜੀ ਮੈਂ ਦੱਸਨਾ ਜਦੋਂ ਤੁਸੀਂ ਕ ਰਿਲੇਸ਼ਨਸ਼ਿਪ ਦੇ ਵਿੱਚੋਂ ਦੇ ਤੁਹਾਡੇ ਟਾਈਮ ਚੱਲ ਰਿਹਾ ਹੈ ਕਿ ਗਰੋ ਹੋਣ ਦਾ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਨਾ ਜ਼ਿਆਦਾਤਰ ਗੱਲ ਇਸ ਟਾਪਿਕ ਤੇ ਹੋਣੀ ਚਾਹੀਦੀ ਹੈ ਨਾ ਤਾਂ ਇੱਕ ਤਾਂ ਤੁਹਾਡਾ ਦੋਨਾਂ ਦਾ ਬੌਂਡ ਸਟਰੋਂਗ ਬਣੂਗਾ ਦੂਜਾ ਜਦੋਂ ਤੁਸੀਂ ਬਾਈ ਪ੍ਰੋਫੈਸ਼ਨ ਆਪਣੇ ਉੱਪਰ ਚੱਕੇ ਜਾਉਂਗੇ ਨਾ ਅੱਜ ਤੁਸੀਂ 10000 ਤੇ ਕਾ ਲਓ ਦੋਨੇ ਜਣੇ ਮਿਹਨਤ ਕਰਕੇ ਆਪਸ ਚ ਕੰਟ੍ਰਿਬਿਊਸ਼ਨ ਨਾਲ ਲੱਖ ਲੱਖ ਤੇ ਪਹੁੰਚਗੇ ਤੁਹਾਡਾ ਜਿਹੜਾ ਰਿਲੇਸ਼ਨ ਹੈ ਉਹ ਤਾਂ ਨਾਲ ਹੀ ਨਾਲ ਚੱਲ ਰਿਹਾ ਹੈ ਨਾ ਪਰ ਨਾਲ ਨਾਲ ਤੁਸੀਂ ਕੀਤਾ ਆਪਣੇ ਆਪ ਨੂੰ ਵੀ ਬਿਲਡ ਕਰ ਲਿਆ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਕੋਈ ਅਲੱਗ ਕਰ ਸਕੇ ਸੋ 18 ਤੋਂ 22 ਸਾਲ ਦੀ ਏਜ ਵਾਲੇ ਪਰਸਨ ਨੂੰ ਮੇਰੀ ਇਹ ਸਪੈਸ਼ਲ ਮੈਸੇਜ ਹੈ ਕਿ ਜੇ ਤੁਹਾਨੂੰ ਤੁਸੀਂ ਉਸ ਟਾਈਮ ਜੁੜੇ ਹੋਏ ਹੋ ਨਾ ਜੀ ਤੁਹਾਡੇ ਵਿੱਚ ਪਿਆਰ ਦੀਆਂ ਗੱਲਾਂ ਠੀਕ ਆ ਹੋਣੀਆਂ ਚਾਹੀਦੀਆਂ ਨੇ ਪਰ ਜ਼ਿਆਦਾ ਫੋਕਸ ਤੁਹਾਡਾ ਆਪਸ ਵਿੱਚ ਕੀ ਹੋਣਾ ਚਾਹੀਦਾ ਕਿ ਅਸੀਂ ਬਾਇਓ ਪ੍ਰੋਫੈਸ਼ਨ ਕਿਵੇਂ ਗਰੋ ਕਰਨਾ ਤੁਹਾਡਾ ਰਿਲੇਸ਼ਨ ਬਹੁਤ ਵਧੀਆ ਰਹੂਗਾ ਜੀ ਕਿਉਂਕਿ ਤੁਸੀਂ ਇੱਕ ਦੂਜੇ ਨਾਲ ਹਰ ਗੱਲ ਕਰ ਪਾਉਗੇ ਜੇ ਤੁਸੀਂ ਪਰਸਨਲ ਤੇ ਪ੍ਰੋਫੈਸ਼ਨ ਅਲੱਗ-ਅਲੱਗ ਬਿਲਕੁਲ ਰੱਖੋਗੇ ਕਿ ਅਸੀਂ ਗੱਲ ਹੀ ਨਹੀਂ ਕਰਨੀ ਫਿਰ ਤੁਹਾਡਾ ਕਨਟਰਡਿਕਟ ਕਰੇਗਾ ਬਟ ਜੇ ਤੁਸੀਂ ਉਹਨੂੰ ਆਪਣੇ ਰਿਲੇਸ਼ਨਸ਼ਿਪ ਨੂੰ ਆਪਣਾ ਬੈਸਟ ਫਰੈਂਡ ਬਣਾ ਲੋਗੇ ਤੁਸੀਂ ਓਪਨ ਹੋ ਜਾਓਗੇ ਕਿ ਯਾਰ ਤੂੰ ਵੀ ਗਰੋ ਹੋ ਮੈਂ ਵੀ ਗਰੋ ਹੋਣਾ ਸਾਡੀ ਏਜ ਹੈ ਕੁਝ ਬਣਨ ਦੀ ਤੇ ਫ ਜਦੋਂ ਪੈਸੇ ਕਮਾਵਾਂਗੇ ਤਾਂ ਹੀ ਤਾਂ ਮੈ ਜਾ ਰਹੇ ਹਾਂ ਉਹ ਜਿਹੜੇ ਹੈਪੀ ਮੂਮੈਂਟਸ ਹੋਣਗੇ ਉਹਨੂੰ ਐਜ਼ ਅ ਕਪਲ ਇੰਜੋਏ ਕਰੋ ਕੌਫੀ ਪੀਓ ਨਿਆਰੇ ਲੋ ਜਨ ਆ ਸਾਡੀ ਜਦੋਂ ਕੁਝ ਵੀ ਹੁੰਦਾ ਹੁੰਦਾ ਸੀ ਨਾ ਕੋਈ ਅਚੀਵਮੈਂਟ ਹੁੰਦੀ ਸੀ ਨਾ ਪ੍ਰੋਫੈਸ਼ਨਲੀ ਫਿਰ ਅਸੀਂ ਕੌਫੀ ਪੀਂ ਜਾਂਦੇ ਦਿੰਦੇ ਸੀ ਸੈਲੀਬ੍ਰੇਟ ਕਰਨ ਵਾਸਤੇ ਓਕੇ ਪਰਮੇਸ਼ਰ ਕੌਰ ਨੇ ਕਿਹਾ ਜੀ ਕਿ ਹਾਊ ਟੂ ਟਰਸਟ ਸਮਬਡੀ ਬਿਕੋਜ਼ ਆਈ ਏਮ ਅਮਰਤਾਰੀ ਆਈ ਡੋਨਟ ਹੈਵ ਟਰਸਟ ਫॉर ਪੀਪਲ ਆਈ ਹੈਵ ਟਰਸਟ ਟੁਵਰਡਸ ਗੁਰੂ ਸਾਹਿਬ ਇਜ਼ ਇਟ ਗੁੱਡ ਓਕੇ ਬਹੁਤ ਵਧੀਆ ਗੱਲ ਹੈ ਸਭ ਤੋਂ ਪਹਿਲਾਂ ਕਿ ਤੁਸੀਂ ਤੁਹਾਨੂੰ ਗੁਰੂ ਸਾਹਿਬ ਤੇ ਟਰਸਟ ਹੈ ਹੈਨਾ ਬਟ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਤੁਹਾਡੇ ਕੁਐਸਚਨ ਤੋਂ ਆਈ ਡੋਨਟ ਨੋ ਐਗਜ਼ੈਕਟਲੀ ਤੁਸੀਂ ਦੱਸਿਓ ਮੈਂ ਸਹੀ ਸਮਝ ਪਾਈ ਹਾਂ ਉਹਨੂੰ ਕਿ ਨਹੀਂ ਕਈ ਵਾਰ ਆਪਾਂ ਨਾ ਕਿਸੇ ਤੇ ਵੀ ਨਹੀਂ ਟਰਸਟ ਕਰਦੇ ਹੂੰ ਜੇ ਆਪਾਂ ਨੂੰ ਰੱਬ ਤੇ ਭਰੋਸਾ ਨਾ ਫਿਰ ਉਹ ਰੱਬ ਦੇ ਬਣਾਏ ਹੋਏ ਜੀ ਨੇ ਇੱਥੇ ਤੇ ਰੱਬ ਜੀ ਇੱਕ ਮੈਂ ਛੋਟੀ ਜੀ ਗੱਲ ਕਹਿਣਾ ਜਦੋਂ ਤੁਸੀਂ ਤੁਹਾਨੂੰ ਪਤਾ ਹੈ ਕਿ ਤੁਸੀਂ ਪਰਮਾਤਮਾ ਤੇ ਯਕੀਨ ਕਰਿਆ ਹੋਇਆ ਉਹ ਯਕੀਨ ਕਰਿਆ ਹੋਇਆ ਹੈ ਕਿ ਤੁਹਾਡੇ ਨਾਲੋਂ ਗਲਤ ਨਹੀਂ ਹੋਣਦਾ ਇਹ ਹਮ ਐਗਜ਼ੈਕਟਲੀ ਥੈਨ ਫਿਰ ਤੁਸੀਂ ਇਸ ਗੱਲ ਤੇ ਖੜਜ ਹੋਏ ਕਿ ਬਸ ਨਹੀਂ ਹੋਣਾ ਤਾਂ ਫਿਰ ਜਿਹੜੇ ਤੋਏ ਬੰਦੇ ਤੇ ਤੁਹਾਡੇ ਨੂੰ ਯਕੀਨ ਨਹੀਂ ਹੈਗਾ ਉਹ ਵੀ ਤੇ ਰੱਬ ਦਾ ਬਣਾਇਆ ਹੀ ਆ ਨਾ ਜੇ ਤੁਹਾਨੂੰ ਰੱਬ ਤੇ ਇੰਨਾ ਯਕੀਨ ਆ ਜੀ ਫਿਰ ਤੁਹਾਨੂੰ ਨਾਲ ਗਲਤ ਨਹੀਂ ਹੋਣਦਾ ਤੇ ਰੱਬ ਜੀ ਨੇ ਤੁਹਾਨੂੰ ਆਪੇ ਹੀ ਬਚਾ ਲੈਣਾ ਬੁਰਿਆ ਦੀ ਸੰਗਤ ਤੋਂ ਰੱਬ ਜੀ ਨੇ ਤੁਹਾਨੂੰ ਆਪ ਹੀ ਵਧੀਆ ਕਿਉਂਕਿ ਆਪਾਂ ਇਹ ਵੀ ਤਾਂ ਕੰਨਿਆ ਨਾ ਕਿ ਰੱਬ ਜੀ ਸੰਗਤੇ ਚ ਵਸਦੇ ਨੇ ਤੇ ਜੇ ਆਪਾਂ ਨੂੰ ਲੋਕਾਂ ਤੇ ਯਕੀਨ ਨਹੀਂ ਹੋਏਗਾ ਆਪਾਂ ਸੰਗਤ ਨਾਲ ਵਿਚਰਾਂਗੇ ਕਿੱਦਾਂ ਪਰ ਜੇ ਆਪਾਂ ਨੂੰ ਇਹ ਡਰ ਹੈ ਕਿ ਕੋ ਕੋਈ ਗਲਤ ਬੰਦਾ ਨਾ ਮਿਲ ਜੇ ਕੋਈ ਕੁਛ ਨਾ ਹੋ ਜਾਏ ਫਿਰ ਰੱਬ ਜੀ ਆਪੇ ਹੀ ਪਾਣਗੇ ਨਾ ਅੰਦਰ ਸਿੱਖ ਸੰਤ ਜੀ ਇਹ ਗਲਤ ਜਾ ਰਹੀ ਹੈ ਇਦਾਂ ਕਦੇ ਨਹੀਂ ਹੋਊਗਾ ਕਿ ਅਸੀਂ ਅਗਰ ਰੱਬ ਤੇ ਬਹੁਤ ਜ਼ਿਆਦਾ ਯਕੀਨ ਹੈ ਸਾਨੂੰ ਗਲਤ ਬੰਦੇ ਨਹੀਂ ਮਿਲਣਗੇ ਮਿਲਣਗੇ ਸਾਡੇ ਨਾਲ ਗਲਤ ਹੋ ਵੀ ਸਕਦਾ ਹੈ ਸਾਨੂੰ ਪਰਮਾਤਮਾ ਇਹ ਇਨ੍ਹਾਂ ਗੱਲਾਂ ਦੀ ਤਾਂ ਸ਼ਕਤੀ ਹੁੰਦਾ ਜੀ ਅਸੀਂ ਅਸੀਂ ਸਿੱਖਣਾ ਹੀ ਤਾਂ ਹੁੰਦਾ ਹੈ സോ right. ചില so, mm -hmm. <laughs>